ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪੰਜਾਬੀਆਂ ਨੂੰ ਮੇਰੀ ਗੁਰਫਤਿਹ ਪ੍ਰਵਾਨ ਹੋਵੇ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਇੰਟਰੋਡਕਸ਼ਨ ਦੇਣਾ, ਦਾਸ ਬਲਜਿੰਦਰ ਸਿੰਘ ਮੂਲਜੰਡ। ਆਪਾਂ ਅੱਜ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ, ਜਿਹੜਿਆਂ ਜਿਨ੍ਹਾਂ ਦੀ ਤਾਜਪੋਸ਼ੀ ਹੋਈ ਹੈ ਪੰਜਾਬ ਕਾਂਗਰਸ ਪ੍ਰਧਾਨ ਦੇ ਤੌਰ 'ਤੇ, ਉਹਨਾਂ ਬਾਰੇ। ਮੈਂ ਜ਼ਰੂਰੀ ਸਮਝਦਾ ਵੀ ਕੁਛ ਗੱਲਾਂ ਜਿਹੜੀਆਂ ਸਾਡੇ ਪੰਜਾਬੀਆਂ ਨੂੰ ਨਹੀਂ ਪਤਾ ਉਹਦੇ ਬਾਬਤ ਕਰਨੀਆਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਪਿਛੋਕੜ ਕੀ ਹੈ, ਕਿਵੇਂ ਦਾ ਹੈ, ਸਾਰਿਆਂ ਨੂੰ ਪਤਾ। ਇਹਦੇ ਦਾਦਿਆਂ ਨੇ, ਇਹਦੇ ਜਿਹੜੇ ਪੁਰਖ ਹੈ, ਉਹਨਾਂ ਨੇ ਕੀ ਕੀਤਾ, ਕੀ ਜਿਸ ਕਰਕੇ ਅਸੀਂ ਅੱਜ ਗੁਲਾਮ ਹਾਂ। ਜੇ ਪ੍ਰਕਾਸ਼ ਸਿੰਘ ਬਾਦਲ ਦਾ ਖਾਨਦਾਨ ਦੀ ਗੱਲ ਕਰੀਏ, ਉਹ ਵੀ ਸਾਰੇ ਮੁੱਲਾਂ ਦਾ ਬੱਚੇ ਬੱਚੇ ਨੂੰ ਪਤਾ ਵੀ ਕਿਵੇਂ ਇਹਨਾਂ ਨੇ ਗਦਾਰੀ ਕੀਤੀ, ਇਹਨਾਂ ਨੇ ਕੀਤੀ ਅਤੇ ਇਹਨਾਂ ਦੇ ਪੁਰਖਿਆਂ ਨੇ ਕੀਤੀ। ਅਤੇ ਨਵਜੋਤ ਸਿੰਘ ਸਿੱਧੂ ਜਿਹਦੇ 'ਚ ਅਸੀਂ ਦੇਖ ਰਹੇ ਹਾਂ ਇੱਕ ਚਾਨਣ ਮਨਾਰਾ, ਅਤੇ ਮੈਨੂੰ ਲੱਗਦਾ ਵੀ ਮੈਂ ਉਹਦੇ ਬਾਰੇ ਵੀ ਤੁਹਾਡੇ ਨਾਲ ਕੁਛ ਗੱਲਾਂ ਸਾਂਝੀਆਂ ਕਰਾਂ। ਮੇਰਾ ਮਕਸਦ ਕਿਸੇ 'ਤੇ ਤਵਾ ਲਾਉਣਾ ਨਹੀਂ ਹੈ, ਮੈਂ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਰੱਖਦਾ। ਕਾਂਗਰਸ ਵਾਲੇ ਕਿਸੇ ਨੂੰ ਮਰਜ਼ੀ ਪ੍ਰਧਾਨ ਬਣਾਉਣ, ਉਸ ਚੀਜ਼ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ, ਚਾਹੇ ਉਹ ਭਾਜਪਾ ਜੋ ਆਏ ਕਿਸੇ ਨੂੰ ਬਣਾਉਣ, ਅਤੇ ਚਾਹੇ ਉਹ ਕੋਈ ਪਾਰਟੀ ਕਿਸੇ ਨੂੰ ਬਣਾਵੇ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਦਿੱਲੀ ਪੱਖੀ ਪਾਰਟੀਆਂ, ਇਹਨਾਂ ਤੋਂ ਅਸੀਂ ਬਹੁਤੇ ਉਮੀਦ ਨਹੀਂ ਕਰਦੇ। ਨਵਜੋਤ ਸਿੰਘ ਸਿੱਧੂ ਜਿਹੜੇ ਜਿੰਨਾ ਜੋ ਜਦੋਂ ਪੰਜਾਬ ਦੇ ਵਿੱਚ ਆਰਿਆ ਸਮਾਜ ਲਹਿਰ ਦਾ ਪ੍ਰਭਾਵ ਸੀ, ਉਦੋਂ ਜਿਹੜੇ ਕੁਛ ਵੱਡੇ ਚਿਹਰੇ ਖਾਨਦਾਨ ਜਿਹੜੇ ਸਿੱਖ ਧਰਮ ਛੱਡ ਕੇ ਹਿੰਦੂ ਧਰਮ ਦੇ ਵਿੱਚ, ਜਾਂ ਕਹਿ ਲਓ ਆਰਿਆ ਸਮਾਜ ਦੇ ਵਿੱਚ ਚਲੇ ਗਏ ਸੀ, ਉਹਨਾਂ ਦੇ ਵਿੱਚ ਮੇਨ ਨਾਮ ਸੀ ਇੱਕ ਮਜੀਠੀਆ ਸੀ, ਜਿਹਨਾਂ ਦਾ ਪਤਾ ਤੁਹਾਨੂੰ ਜਿਹੜੇ ਡੀ ਏ ਵੀ ਜਿਹਨਾਂ ਨੇ ਉਹਨੂੰ ਡੋਨੇਟ ਕੀਤੀ ਸੀ, ਡੀ ਏ ਵੀ ਗਰੁੱਪ ਨੂੰ ਜਿਹੜੀ ਆਪਦੀ ਜਾਇਦਾਦ ਜੋ ਸੀ। ਦੂਸਰਾ ਸੀਗਾ ਵੀ ਜੋ ਵੀ ਆਪਣਾ ਸੀਗਾ ਜਿਹੜਾ ਦਿਓਲ ਫੈਮਿਲੀ ਆ, ਫਿਲਮ ਮੇਕਰ ਨੇ ਸੰਨੀ ਦਿਓਲ, ਜੋ ਵੀ ਹੈ ਧਰਮਿੰਦਰ ਦਾ ਜਿਹੜਾ ਨਾਮ ਸੀਗਾ, ਉਹ ਵੀ ਜਿਹੜੇ ਹੈ ਉਹ ਸਿੱਖ ਧਰਮ 'ਚੋਂ ਆਰਿਆ ਸਮਾਜ ਕਨਵਰਟ ਸੀ। ਇੱਕ ਸੀ ਭਗਤ ਸਿੰਘ ਦਾ ਪਰਿਵਾਰ ਜਿਹੜੇ ਆਰਿਆ ਸਮਾਜੀ ਬਣੇ ਸੀ, ਔਰ ਤੀਸਰਾ ਮਤਲਬ ਇਹ ਸੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਦਾਦਾ ਪੜਦਾਦਾ ਸੀ, ਇਹ ਵੀ ਆਰਿਆ ਸਮਾਜੀ ਬਣੇ ਸੀ। ਇਹੀ ਕਾਰਨ ਹੈ ਵੀ ਨਵਜੋਤ ਸਿੰਘ ਸਿੱਧੂ ਹੁਣ ਜਨੇਊ ਪਾਉਂਦੇ ਆ, ਕਿਉਂਕਿ ਇਹ ਕਿਉਂਕਿ ਆਪਣਾ ਸਿਸਟਮ ਇਹੋ ਜਿਹਾ ਹੈ ਵੀ ਜੇ ਆਪਾਂ ਅੱਜ ਬਾਬੇ ਸਰਸੇ ਵਾਲੇ ਨੂੰ ਵੀ ਪਲਾਂ ਪੰਥ 'ਚੋਂ ਛੇਕਦਾ, ਲੇਕਿਨ ਆਪਾਂ ਉਹਦੇ ਡਾਕੂਮੈਂਟੇਸ਼ਨ ਹੈ ਜੋ ਉਹਦੇ ਵਿੱਚ ਉਹ ਜੱਟ ਸਿੱਖ ਲਿਖਦਾ ਹੈ, ਜੱਟ ਸਿੱਖ ਲਿਖਦਾ ਹੈ, ਔਰ ਸਿੱਧੂ ਲਿਖਦਾ, ਔਰ ਪੂਰਾ ਪਰਿਵਾਰ ਲਿਖਦਾ, ਪੂਰੇ ਪ੍ਰੇਮੀ ਲਿਖਦੇ ਆ। ਸੰਵਿਧਾਨ ਤੌਰ 'ਤੇ ਅਸੀਂ ਉਹਨੂੰ ਨਾ ਤਾਂ ਸਿੱਖ ਸ਼ਬਦ ਤੋਂ ਹਟਵਾ ਸਕਦੇ ਹਾਂ, ਨਾ ਉਹਨੂੰ ਜੱਟ ਤੋਂ ਹਟਾ ਸਕਦੇ ਹਾਂ। ਉਹ ਜਿਹੜਾ ਹੈ ਉਸੇ ਤਰ੍ਹਾਂ ਹੀ ਜਿਹੜੇ ਇਹ ਹੈ ਇਹ ਸਿੱਧੂ ਵੀ ਲਿਖਣਗੇ ਔਰ ਸਿੱਖ ਵੀ ਲਿਖਣਗੇ, ਔਰ ਇਹਨਾਂ ਦੀਆਂ ਪੱਗਾਂ ਵੀ ਪਾਈਆਂ, ਪਰ ਇਹਨਾਂ ਨੇ ਉਦੋਂ ਜਿਹੜਾ ਹੈ ਹਿੰਦੂ ਧਰਮ ਅਡੋਪਟ ਕਰ ਲਿਆ ਸੀਗਾ। ਪਰ ਬੇਸਿਕਲੀ ਇਹਨੂੰ ਬਣਾਉਣ ਦਾ ਕੀ ਕਾਰਨ ਹੈ, ਇਹ ਤਾਂ ਥੋੜ੍ਹੀ ਬਹੁਤ ਉਹਦੀ ਹਿਸਟਰੀ ਹੋ ਗਈ, ਬਾਕੀ ਤੁਹਾਨੂੰ ਪਤਾ ਹੀ ਹੈ ਆਸਾ ਰਾਮ ਦੇ ਜਾ ਕੇ ਬਹਿੰਦਾ, ਰਾਧੇ ਮਾਂ ਦੇ ਜਾ ਕੇ ਬਹਿੰਦਾ, ਔਰ ਜੋ ਵੀ ਉਹਦੀ ਇੱਕ ਤੁਸੀਂ ਉਹ ਤੋਂ ਕਿਸੇ ਵੀ ਉਸ ਐਂਗਲ ਤੋਂ ਤੁਹਾਨੂੰ ਨਹੀਂ ਲੱਗਦਾ ਵੀ ਉਹ ਤੁਹਾਡਾ ਆਗੂ ਹੋ ਸਕਦਾ, ਕਿਉਂਕਿ ਸੀਰੀਅਸ ਨੇਚਰ ਦਾ ਨਹੀਂ ਹੈ ਬੰਦਾ। ਚਲੋ ਆਪਾਂ ਗੱਲ ਕਰਦੇ ਹਾਂ ਵੀ ਭਾਜਪਾ ਨੇ ਉਹਨੂੰ ਜੋ ਇਹਦੀ ਤਾਜਪੋਸ਼ੀ ਹੋਈ ਹੈ ਕਾਂਗਰਸ ਨੇ ਨਹੀਂ ਕੀਤੀ, ਉਹ ਭਾਜਪਾ ਨੇ ਕੀਤੀ ਹੈ। ਜਦੋਂ ਇਹ ਭਾਜਪਾ ਦੇ ਵਿੱਚ ਇਹਦੇ ਵਿੱਚ ਆਏ, ਖਾਸ ਪਲਾਨ ਦੇ ਤਹਿਤ ਆਇਆ, ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਸਿੱਧੇ ਤੌਰ 'ਤੇ ਰਾਜ ਨਹੀਂ ਕਰ ਸਕਦੀ, ਉਹਨਾਂ ਦੇ ਵਿੱਚ ਕੋਈ ਵੀ ਸਿੱਖ ਚਿਹਰਾ ਜਿਹੜਾ, ਦੇਖੋ ਪੰਜਾਬ ਦੇ ਵਿੱਚ ਇਹ ਇੱਕ ਪੰਜਾਬ ਦੀ ਇੱਕ ਵਡੱਪਣ ਹੈ ਵੀ ਉੱਥੇ ਇੱਕ ਸਿੱਖ ਚਿਹਰਾ ਹੀ ਰਾਜ ਕਰੂਗਾ, ਔਰ ਜਿਹਦਾ ਬਹੁਗਿਣਤੀ ਜਿਹੜੀ ਹੈ ਉਹਦੇ ਪ੍ਰਭਾਵ ਹੋਵੇ, ਔਰ ਸੈਕਿੰਡ ਉਹ ਸਿੱਖ ਮੈਂਟੈਲਿਟੀ ਦਾ ਹੋਵੇ ਵੀ ਜਿਹੜੀ ਸਿੱਖ ਸਫਾਂ ਦੇ ਵਿੱਚ, ਪੰਥਕ ਸਫਾਂ ਦੇ ਵਿੱਚ ਉਹਦਾ ਥੋੜ੍ਹਾ ਬਹੁਤ ਵਿਕਾਰ ਹੋਵੇ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੇ ਦੂਜੀ ਵਾਰ ਪ੍ਰਧਾਨ ਬਣੇ ਸੀਗੇ, ਮੁੱਖ ਮੰਤਰੀ ਬਣੇ ਨੇ, ਔਰ ਉਹਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਕੰਮ ਸੀ, ਉਹਨਾਂ ਨੇ 84 ਦੇ ਵਿੱਚ ਕਾਂਗਰਸ ਤੋਂ ਰਿਜ਼ਾਈਨ ਦਿੱਤਾ ਸੀ, ਥੋੜ੍ਹਾ ਬਹੁਤ ਇਹ ਪਾਣੀਆਂ ਦਾ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਸੀ, ਜਿਹਦੇ ਕਰਕੇ ਲੋਕਾਂ ਨੂੰ ਇਹ ਲੱਗਿਆ ਸੀ ਵੀ ਪੰਜਾਬ ਪੱਖੀ ਹੈ, ਸਿੱਖ ਪੱਖੀ ਹੈ। ਹਾਲਾਂਕਿ ਜਿਹੜੀ ਸੈਕਿੰਡ ਇਨਿੰਗ ਸੀ ਨਾ ਕੈਪਟਨ ਅਮਰਿੰਦਰ ਸਿੰਘ ਦੀ, ਉਹ ਬਾਦਲਕਿਆਂ ਨਾਲੋਂ ਵੀ ਮਾੜੀ ਸੀ, ਔਰ ਅਕਾਲੀ ਦਲ ਹੈ ਜਿਹੜਾ ਉਹ ਹਮੇਸ਼ਾ ਇਸੇ ਗੱਲ 'ਤੇ ਰਾਜ ਕਰਦਾ ਰਿਹਾ, ਕਿਉਂਕਿ ਇਹਦਾ ਜਿਹੜਾ ਪਿਛੋਕੜ ਹੈ ਉਹ ਹੈ ਕਿਤੇ ਨਾ ਕਿਤੇ ਮੰਨਿਆ ਜਾਂਦਾ ਵੀ ਇਹ ਸਿੱਖ ਉਸਦਾ ਹੈ, ਜਾਂ ਇਹ ਪ੍ਰਭਾਵ ਬਣਾਇਆ ਜਾਂਦਾ ਹੈ, ਉਹਦਾ ਕੋਈ ਵੀ ਕਾਰਨ ਹੋ ਸਕਦਾ। ਭਾਜਪਾ ਕੋਲ ਇਹੋ ਜਿਹਾ ਕੋਈ ਆਗੂ ਨਹੀਂ ਸੀ, ਕਿਉਂਕਿ ਜਿਹੜੇ ਆਗੂ ਸੀ ਉਹ ਬੜੇ ਲਿਮਿਟਡ ਜੇ ਸੀ, ਔਰ ਜੇ ਉਹ ਹਿੰਦੂ ਚਿਹਰੇ ਨੂੰ ਲੈ ਕੇ ਆਉਂਦੀ ਹੈ ਤਾਂ ਉਹ ਇੱਥੇ ਕਾਮਯਾਬ। ਹੁਣ ਲੈ ਦੇ ਕੇ
ਉਹ ਇੱਕ ਲੌਬੀ ਹੈ ਜਿਹੜੀ RSS ਕਹਿ ਲਓ ਭਾਰਤ ਦੀਆਂ ਏਜੰਸੀਆਂ ਕਹਿ ਲਓ ਉਹਨੂੰ ਇੱਕ ਚਿਹਰੇ ਦੀ ਤਲਾਸ਼ ਸੀ ਜਿਹੜਾ ਚਿਹਰਾ ਵੇਖਣ ਦੇ ਵਿੱਚ ਸਿੱਖ ਹੋਵੇ ਜੱਟ ਹੋਵੇ ਲੇਕਿਨ ਉਵੇਂ ਆਈਡੀਓਲੋਜੀਕਲੀ ਉਹ ਹਿੰਦੂ ਹੋਵੇ ਉਹ ਨਾ ਹੋਵੇ ਜਿਹੜੇ ਬਾਦਲ ਕਹਿਣੇ ਜਾਂ ਜਿਹੜੇ ਕੈਪਟਨ ਹੈ ਜੋ ਇਹਨਾਂ ਦੀ ਸੈਂਟਰ ਦੀ ਮੰਨਦਾ RSS ਦੀ ਮੰਨਦਾ ਇਹ ਲਾਲਚ ਪਿੱਛੇ ਮੰਨਦਾ ਇਹ ਆਈਡੀਓਲੋਜੀਕਲ ਤੌਰ 'ਤੇ ਨਹੀਂ ਹੈ ਇਹਨਾਂ ਨੂੰ ਖਤਰਾ ਸੀ ਕਿਤੇ ਨਾ ਕਿਤੇ ਵੀ ਇਹ ਜਿਹੜੇ ਲੋਕ ਨੇ ਚਾਹੇ ਉਹ ਵੋਟ ਪਿੱਛੇ ਚਾਹੇ ਆਪਣੇ ਲੋਕਾਂ ਦੇ ਰੋਹ ਪਿੱਛੇ ਚਾਹੇ ਕਦੇ ਨਾ ਕਦੇ ਇਹਨਾਂ ਦਾ ਕੋਈ ਨਾ ਕੋਈ ਖੂਨ ਕਿਸੇ ਪਾਸੋਂ ਜੋ ਮਾੜਾ ਮੋਟਾ ਇਹਦੇ ਨਾਲ ਦੇਖੋ ਤਾਂ ਕੋਈ ਹੋਊਗਾ ਕਾਣ ਉਹ ਜਰਮ ਹੈ ਜਿਹੜਾ ਸਿੱਖੀ ਬਾਰੇ ਸੋਚ ਲੈਂਦੇ ਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਦੇ ਕਦੇ ਬਗਾਵਤੀ ਦੌਰ ਦਿਖਾ ਦਿੰਦੇ ਤਾਂ ਉਹਨਾਂ ਨੂੰ ਇੱਕ ਇਹ ਚਿਹਰਾ ਚਾਹੀਦਾ ਸੀ ਵੀ ਜੇ ਕੱਲ੍ਹ ਨੂੰ ਸਾਨੂੰ ਪੰਜਾਬ ਨਾਲ ਜੰਮੂ ਕਸ਼ਮੀਰ ਵਾਲੀ ਕਰਨੀ ਪਵੇ ਤਾਂ ਜੋ ਸਾਡਾ ਉੱਥੇ ਇੱਕ ਲੌਬੀ ਹੋਵੇ ਜਿਹੜੀ ਸਾਡੇ ਹੱਕ ਦੇ ਵਿੱਚ ਖੜ੍ਹੇ ਪਰ ਅੱਜ ਦੀ ਤਰੀਕ ਦੇ ਵਿੱਚ ਲੌਬੀ ਭਾਜਪਾ ਕ੍ਰੀਏਟ ਨਹੀਂ ਕਰ ਸਕਦੀ ਸੀ ਇਸ ਕਰਕੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਕਾਂਗਰਸ ਦੇ ਵਿੱਚ ਪਾਇਆ ਕਾਂਗਰਸ ਤੋਂ ਵਿੱਚ ਪਾ ਕੇ ਉਦੋਂ ਬਾਅਦ ਉਹਨੂੰ ਕੋਰੀਡੋਰ ਦੇ ਥਰੂ ਹੋਰ ਇਸ ਤਰ੍ਹਾਂ ਦਾ ਉਹਦਾ ਇੱਕ ਮਾਹੌਲ ਬਣਾਉਣ ਦਾ ਯਤਨ ਕੀਤਾ ਵੀ ਉਹਨੂੰ ਇੱਕ ਸਿੱਖ ਆਗੂ ਵਜੋਂ ਜਾਣਿਆ ਜਾਵੇ ਔਰ ਹੁਣ ਜਿਹੜਾ ਹੈ ਕਿਉਂਕਿ ਹੁਣ ਸਾਡੇ ਲੋਕਾਂ ਨੂੰ ਇਹ ਲੱਗਦਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤਾ ਅਤੇ ਹੁਣ ਸਾਨੂੰ ਨਵਜੋਤ ਸਿੰਘ ਸਿੱਧੂ ਕਰੂਗਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਵੀ ਨਵਜੋਤ ਸਿੰਘ ਸਿੱਧੂ ਤਾਂ ਕੈਪਟਨ ਨਾਲੋਂ ਵੀ ਮਾੜਾ ਨਿਕਲੂਗਾ ਇਹ ਤੁਸੀਂ ਤਰੀਕ ਨੋਟ ਕਰ ਲਿਓ ਕਿਉਂਕਿ ਜੋ ਉਹਨਾਂ ਵੱਲੋਂ ਆਉਂਦਾ ਦਿੱਲੀ ਵੱਲੋਂ ਚਾਹੇ ਉਹ ਕੈਪਟਨ ਆਵੇ ਚਾਹੇ ਸਿੱਧੂ ਹੋਵੇ ਕੋਈ ਸਾਡਾ ਭਲਾ ਕਰਨ ਵਾਲਾ ਨਹੀਂ ਹੈ ਔਰ ਜਿਹੜੀ ਸਾਡੀ ਅੱਜ ਦਾ ਸਮਾਂ ਪੰਜਾਬ ਨਾਲ ਅਸੀਂ ਸਾਡੀ ਹਾਲਾਤ ਉਹ ਹੈ ਵੀ 70 ਸਾਲਾਂ ਦਾ ਬਜ਼ੁਰਗ ਪਿਆ ਔਰ ਉਹਨੂੰ ਮਲਟੀ ਆਰਗਨ ਪ੍ਰੋਬਲਮ ਹੈ ਉਹਨੂੰ ਕਿਡਨੀ ਦੀ ਵੀ ਪ੍ਰੋਬਲਮ ਹੈ ਉਹਨੂੰ ਸ਼ੂਗਰ ਦੀ ਵੀ ਪ੍ਰੋਬਲਮ ਹੈ ਉਹਨੂੰ ਬੀ ਪੀ ਦੀ ਵੀ ਪ੍ਰੋਬਲਮ ਹੈ ਉਹਦੇ ਸਾਰੇ ਅੰਗ ਘੱਟ ਕੰਮ ਕਰਦੇ ਆ ਔਰ ਅਸੀਂ ਉਸ 'ਤੇ ਹੁਣ ਐਕਸਪੈਰੀਮੈਂਟ ਨਹੀਂ ਕਰ ਸਕਦੇ ਹੁਣ ਸਾਨੂੰ ਇਹੋ ਜਿਹੇ ਡਾਕਟਰ ਦੀ ਲੋੜ ਹੈ ਜਾਂ ਇਹੋ ਜਿਹੀ ਚੀਜ਼ ਹੈ ਵੀ ਜਿਹੜਾ ਜਾਂ ਤਾਂ ਉਹਦਾ ਖਹਿੜਾ ਛੁੜਾ ਦੇ ਅਤੇ ਜਾਂ ਉਹਨੂੰ ਠੀਕ ਕਰ ਦੇ ਪਰ ਅਸੀਂ ਫਿਰ ਵੀ ਮਤਲਬ ਸੈਂਟਰ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਉਹਦੇ ਵਿੱਚ ਆ ਕੇ ਪਹਿਲਾਂ ਰਾਮੂ ਵਾਲੀਆ ਫਿਰ ਉਹ ਮਨਪ੍ਰੀਤ ਹੋ ਗਿਆ ਫਿਰ ਉਹ ਭਗਵੰਤ ਇਹ ਹੋ ਗਿਆ ਆਪ ਹੋ ਗਏ ਹੁਣ ਐਤਕੀ ਉਹ ਜਿਹੜੇ ਪਿਛਲੇ ਲੋਕ ਸਭਾ ਦੇ ਵਿੱਚ ਅਸੀਂ PDA ਨੂੰ ਅਸੀਂ ਉਹ ਕੀਤਾ ਉਦੋਂ ਬਾਅਦ ਫਿਰ ਹੁਣ ਅਸੀਂ ਐਤਕੀ ਨਵਜੋਤ ਸਿੰਘ ਸਿੱਧੂ ਦੇ ਵਿੱਚ ਆਸ ਦੀ ਕਿਰਨ ਦਿਖਾਉਣੇ ਕਿਉਂਕਿ ਜਿਹੜੀ ਬਿਮਾਰੀ ਜਿਹੜੀ ਹੈ ਨਾ ਉਹ ਇੰਨੀ ਵੱਧ ਚੁੱਕੀ ਹੈ ਵੀ ਉਹਦੇ ਉਹਦਾ ਹੱਲ ਇਹ ਡਾਕਟਰਾਂ ਕੋਲ ਨਹੀਂ ਹੈ ਖਾਸ ਕਰਕੇ ਜਿਹੜੇ ਡਾਕਟਰ ਦਿੱਲੀ ਵੱਲੋਂ ਅਪੁਆਇੰਟ ਕੀਤੇ ਗਏ ਹੈ ਦੂਸਰੀ ਗੱਲ ਪੰਜਾਬ ਦੇ ਵਿੱਚ ਕਾਂਗਰਸ ਦੇ ਦੋ ਗਰੁੱਪ ਕਦੇ ਕਾਮਯਾਬ ਨਹੀਂ ਹੋਏ ਕੋਸ਼ਿਸ਼ ਹੋਈ ਆ ਭੱਠਲ ਵੇਲੇ ਵੀ ਬਾਜਵੇ ਵੇਲੇ ਵੀ ਔਰ ਦੁੱਲੋ ਵੇਲੇ ਵੀ ਉਹ ਕਰਨ ਦੀ ਕੋਸ਼ਿਸ਼ ਹੋਵੇ ਪਰ ਹੋਇਆ ਨਹੀਂ ਸੇਮ ਇਹ ਸਿਚੁਏਸ਼ਨ ਸੀ ਰਾਜਸਥਾਨ ਦੇ ਵਿੱਚ ਅਸ਼ੋਕ ਗਹਿਲੋਤ ਹਾਵੀ ਸੀ ਔਰ ਉਹਦੇ ਬਰਾਬਰ ਜਿਹੜਾ ਸੀਗਾ ਪਾਇਲਟ ਸੀ ਚੰਗਾ ਚਿਹਰਾ ਨੌਜਵਾਨ ਸੀ ਕਾਂਗਰਸ ਆਈਡੀਓਲੋਜੀ ਦਾ ਸੀ ਲੇਕਿਨ ਉਹਨੂੰ ਬੜਾ ਮਤਲਬ ਉਛਾਲਿਆ ਗਿਆ ਉਹਨੂੰ ਕੀਤਾ ਗਿਆ ਵੀ ਕਾਂਗਰਸ ਦੇ ਵਿੱਚ ਦੋ ਗਰੁੱਪ ਆ ਗਏ ਸੇਮ ਸਿਚੁਏਸ਼ਨ MP ਦੇ ਵਿੱਚ ਉਹੀ ਆਰ ਆਪਾਂ ਦੇਖਦੇ ਹਾਂ ਵੀ ਉਹਨਾਂ 'ਚੋਂ ਇੱਕ ਗਰੁੱਪ ਹੈ ਜਿਹੜਾ ਉਹ ਮਜਬੂਰ ਹੋ ਗਿਆ ਵੀ ਉਹ ਭਾਜਪਾ 'ਚ ਚਲਾ ਜਾਵੇ ਪੰਜਾਬ ਦੇ ਵਿੱਚ ਇਹ ਪੋਸੀਬਲ ਨਹੀਂ ਹੋਇਆ ਸੀ ਔਰ ਇਹਨਾਂ ਨੇ ਐਸੇ ਉਹ ਕਰਕੇ ਹੁਣ ਦੇਖੋ ਨੈਚੁਰਲੀ ਗੱਲ ਹੈ ਵੀ ਜੇ ਇਹ ਇਸ ਤਰ੍ਹਾਂ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦਾ ਹੈ ਸਿੱਧੂ ਇਹ ਆਉਂਦਾ ਹੈ ਇਹ ਇਲੈਕਸ਼ਨ ਲੜਦੇ ਆ ਕਾਂਗਰਸ ਸੱਤਾ ਦੇ ਵਿੱਚ ਫਿਰ ਆਉਂਦੀ ਹੈ ਨੈਚੁਰਲੀ ਹੈ ਨਵਜੋਤ ਸਿੰਘ ਸਿੱਧੂ ਕਲੇਮ ਕਰੂਗਾ ਵੀ ਜੇ ਕਾਂਗਰਸ ਆਈ ਹੈ ਤਾਂ ਮੇਰੇ ਕਰਕੇ ਆਈ ਹੈ ਮੈਨੂੰ CM ਬਣਾਓ ਔਰ ਕੋਈ 5-7 MLA ਕੈਪਟਨ ਨਾਲ ਵੀ ਹੋਣਗੇ ਜਿਹੜੇ ਕਹਿਣਗੇ ਵੀ ਸਾਨੂੰ ਅਸੀਂ ਕੈਪਟਨ ਧੜੇ ਦੇ ਹੈਗੇ ਹਾਂ ਹੁਣ ਨੈਚੁਰਲੀ ਗੱਲ ਆ ਵੀ ਉਹ ਸਿਚੁਏਸ਼ਨ ਦੇ ਵਿੱਚ ਉਹੀ ਸਿਚੁਏਸ਼ਨ ਹੋਊਗੀ ਜਿਹੜੀ MP ਦੇ ਵਿੱਚ ਕਮਲਨਾਥ ਵਰਸਿਜ ਸਿੰਧੀਆ ਹੋਈ ਸੀ ਰਾਜਸਥਾਨ ਦੇ ਵਿੱਚ ਗਹਿਲੋਤ ਬਣਾ ਪਾਇਲਟ ਹੋਈ ਸੀ ਜਾਂ ਕੈਪਟਨ ਜਾਊਗਾ ਔਰ ਮੈਨੂੰ ਲੱਗਦਾ ਜਿੱਥੋਂ ਤੱਕ ਮੋਸਟ ਪ੍ਰੋਬੇਬਲ ਹੈ ਵੀ ਸਿੱਧੂ ਆਪਦੀ ਮੂਲ ਪਾਰਟੀ 'ਚ ਜਾਊਗਾ ਔਰ ਪੰਜਾਬ ਦੇ ਵਿੱਚੋਂ ਬਹੁਤ ਸਾਰੇ MLA ਲੈ ਕੇ ਜਾਊਗਾ ਔਰ ਅਗਲੇ ਇਲੈਕਸ਼ਨ ਦੇ ਵਿੱਚ ਉਦੋਂ ਬਾਅਦ ਫਿਰ ਉਹਨਾਂ ਕੋਲ ਇੱਕ ਪਰਮਾਨੈਂਟ ਇੱਕ ਸਿੱਖ ਫੇਸ ਮਿਲ ਜੂਗਾ ਹਿੰਦੂ ਆਈਡੀਓਲੋਜੀ ਵਾਲਾ ਜਿਹੜਾ ਕਦੇ ਉਹਨਾਂ ਦਾ ਅੱਖਾਂ ਨਹੀਂ ਮੋੜੂਗਾ ਔਰ ਉਹਦੇ ਵਿੱਚ ਫਿਰ ਜਿਹੜੇ ਥੋੜ੍ਹੇ ਬਹੁਤ ਇਹ ਅੱਖਾਂ ਕੱਢਣ ਵਾਲੇ ਆ ਚਾਹੇ ਉਹ ਵੋਟਾਂ ਵਾਸਤੇ ਕੱਢਦੇ ਆ ਜਾਂ ਜਿਵੇਂ ਹੁਣ ਇਹਨਾਂ ਨੇ ਵਾਪਸ ਲੈ ਲਿਆ ਜੋ ਵੀ ਉਹਨਾਂ ਤੋਂ ਸਮਰਥਨ ਵਾਪਸ ਲੈ ਲਿਆ ਜਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਦਿਖਾਉਂਦਾ ਇਹ ਸਾਰਿਆਂ ਨੂੰ ਕਰ ਖਤਮ ਕਰਨਗੇ ਸੇਮ ਸਿਚੁਏਸ਼ਨ ਜਿਵੇਂ ਹਰਿਆਣੇ ਦੇ ਵਿੱਚ ਉਹਨਾਂ ਨੇ ਚੁਟਾਲੇ ਖਤਮ ਕੀਤੇ ਆ ਕਿਉਂਕਿ ਉਹਨਾਂ ਨੇ ਰਾਜ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਸੀਗੇ ਉਹ ਆਪ ਲਏ ਵਰਿੰਦਰ ਸਿੰਘ ਲਿਆ ਹੋਰ ਲਿਆ ਜਿਹਦੇ ਦੀ ਖੁੱਡੇ ਨਾਲ ਬਣਦੀ ਨਹੀਂ ਸੀ ਔਰ ਉਦੋਂ ਬਾਅਦ ਫਿਰ ਉਹਨਾਂ ਨੇ ਤੰਵਰ ਨੂੰ ਵੀ ਕੀਤੀ ਕੋਸ਼ਿਸ਼ ਹਾਲਾਂਕਿ ਉਹ ਐਡਾ ਸਕਸੈਸਫੁਲ ਗਰੁੱਪ ਨਹੀਂ ਬਣ ਸਕਿਆ ਜੇ ਉਹ ਬਣਦਾ ਤਾਂ ਨੈਚੁਰਲੀ ਗੱਲ ਹੈ ਵੀ ਉਹ ਭਾਜਪਾ 'ਚ ਜਾਂਦਾ ਔਰ ਇਹਨਾਂ ਨੂੰ
ਜਿਹੜਾ ਹੈਗਾ ਇਹ ਕਾਂਗਰਸ ਨੂੰ ਨੁਕਸਾਨ ਹੁੰਦਾ, ਹਾਲਾਂਕਿ ਉਹ ਬਹੁਤ ਵੱਡੀ ਲੀਡਰਸ਼ਿਪ ਹਰਿਆਣੇ ਦੀ ਜਿਹੜੀ ਹੈਗੀ ਹੈ ਕਾਂਗਰਸ ਦੀ ਉਹ ਆਲਰੇਡੀ ਭਾਜਪਾ 'ਚ ਚਲੀ ਗਈ। ਸੇਮ ਸਿਚੁਏਸ਼ਨ ਇਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਅਤੇ ਮੇਰੀ ਸਾਰੇ ਤੁਹਾਨੂੰ ਵੀਰਾਂ ਨੂੰ ਬੇਨਤੀ ਹੈ, ਮੇਰਾ ਕੋਈ ਨਵਜੋਤ ਸਿੰਘ ਸਿੱਧੂ ਨਾਲ ਜਾਤੀ ਉਹ ਨਹੀਂ ਹੈ ਵੀ ਤੁਸੀਂ ਮੈਨੂੰ ਜੋ ਵੀ ਤੁਸੀਂ ਆਪਦੇ ਮਨਾਂ ਦੇ ਵਿੱਚ ਮੇਰੇ ਲਈ ਜੋ ਬਣਾ ਰਹੇ ਹੋ ਉਸ ਤੋਂ ਪਹਿਲਾਂ, ਪਰ ਪਲੀਜ਼ ਕਿਰਪਾ ਕਰਕੇ ਕਿਸੇ ਦੇ ਭਗਤ ਬਣਨ ਤੋਂ ਪਹਿਲਾਂ ਉਹਦਾ ਪਰਿਵਾਰਕ ਪਿਛੋਕੜ ਜ਼ਰੂਰ ਦੇਖੋ ਵੀ ਉਹ, ਕਿਉਂਕਿ ਮੈਨੂੰ ਇਹ ਗੱਲ ਦੱਸੀ ਸੀ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ 1977 ਦੇ ਵਿੱਚ ਭਗਵੰਤ ਸਿੰਘ ਸਿੱਧੂ ਇਹਦੇ ਫਾਦਰ ਸਾਹਿਬ ਸੀ, ਉਹਨਾਂ ਨੂੰ ਮਹਾਰਾਜ ਸਾਈ ਨੇ ਐਡਵੋਕੇਟ ਜਨਰਲ ਲਾਇਆ ਸੀ, ਔਰ ਇਹਨਾਂ ਨੂੰ ਇੱਕ ਬਹੁਤ ਹੀ ਇੱਕ ਤਰੀਕੇ ਨਾਲ ਇਹ ਪ੍ਰਮੋਟ ਕੀਤਾ ਗਿਆ। ਉਹ ਇਹ ਅੱਜ ਦੀ ਗੱਲ ਨਹੀਂ ਹੈ, ਆਪਾਂ ਨੂੰ ਪਤਾ RSS 20 ਸਾਲ ਪੁਰਾਣੀ ਗੇਮ ਖੇਡਦੀ ਹੈ, ਔਰ ਇਹਨੂੰ ਜਿਹੜਾ ਹੈਗਾ ਵੀ ਪਟਿਆਲੇ ਤੋਂ ਲੈ ਕੇ ਅੰਮ੍ਰਿਤਸਰ ਲੈ ਕੇ ਗਏ, ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ, ਕਿਉਂਕਿ ਬੇਸਿਕਲੀ ਪਟਿਆਲੇ ਦਾ ਹੈ ਅਤੇ ਇਹਨੂੰ ਪਟਿਆਲੇ ਕਿਉਂ ਨਹੀਂ ਉਹ ਕੀਤਾ ਗਿਆ। ਬਹੁਤ ਵੱਡੀਆਂ ਗੱਲਾਂ ਨੇ, ਅਸੀਂ ਉਸ ਡੂੰਘਾਈ ਤੱਕ ਨਹੀਂ ਸੋਚ ਸਕਦੇ ਜਿਹੜੀ ਡੂੰਘਾਈ ਤੱਕ ਸਾਡਾ ਦੁਸ਼ਮਣ ਸੋਚਦਾ ਹੈ। ਬਹੁਤ ਵੱਡੀ ਸਾਜਿਸ਼ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਆਵੇ ਚਾਹੇ ਸਿੱਧੂ ਆਵੇ, ਸਾਡੀ ਬਹੁਤਾ ਅਸਰ ਨਹੀਂ ਪੈਣਾ, ਪਰ ਘੱਟੋ ਘੱਟ ਅਸੀਂ ਜਦੋਂ ਭਗਤ ਬਣਦੇ ਹਾਂ, ਜਦੋਂ ਅਸੀਂ ਦੇਖਦੇ ਹਾਂ ਵੀ ਸਿੱਧੂ ਇਹ ਕਰੂਗਾ ਉਹ ਕਰੂਗਾ ਉਹ ਕਰੂਗਾ, ਘੱਟੋ ਘੱਟ ਅਸੀਂ ਉਹਦਾ ਪਿਛੋਕੜ ਜਾਣੀਏ ਵੀ ਇਹ ਬੰਦਾ ਕੀ ਨੇਚਰ ਦਾ, ਔਰ ਬੇਸਿਕਲੀ ਇਹਨੂੰ ਅਸੀਂ ਸਿੱਖ ਕਹਿਣਾ ਬੰਦ ਕਰੀਏ ਜੇ ਕੱਲ੍ਹ ਨੂੰ ਅਸੀਂ ਕਹਿੰਦੇ ਹਾਂ ਵੀ ਜੀ ਇਹ ਪੱਗ ਵਾਲਾ ਬਣਾ ਤਾ, ਕਿਉਂਕਿ ਇੱਕ ਤਾਂ ਹੁੰਦਾ ਬੰਦਾ ਉਵੇਂ ਹੀ ਉਹਨਾਂ ਦੇ ਪ੍ਰਭਾਵ ਹੇਠਾਂ ਹੁੰਦਾ, ਜਿਵੇਂ ਬਾਦਲ ਦਲ ਆਇਆ ਇਹਦੇ ਬਹੁਤੇ ਅਹੁਦੇਦਾਰ ਆਏ ਆ, ਕਿਉਂਕਿ ਉਹਨਾਂ ਨੂੰ ਲੋਕ ਲੱਜ ਹੁੰਦੀ ਹੈ। ਇੱਕ ਬੰਦਾ ਜਿਹੜਾ ਐਲਾਨੀਆ ਤੌਰ 'ਤੇ ਹਿੰਦੂ ਹੈ, ਉਹ ਜਨੇਊ ਪਾਉਂਦਾ, ਉਹ ਸ਼ਿਵਲਿੰਗ ਪੂਜਦਾ, ਉਹ ਪੰਡਿਤ ਬਿਨਾਂ ਕਿਤੇ ਜਾਂਦਾ ਨਹੀਂ, ਇਹੋ ਜਿਹੇ ਬੰਦੇ ਨੂੰ ਤੁਸੀਂ ਪੰਜਾਬ ਦਾ ਲੀਡਰ ਬਣਾਓਗੇ ਅਤੇ ਤੁਸੀਂ ਫਿਰ ਇਹੋ ਜਿਹੀ ਖੱਡ ਦੇ ਵਿੱਚ ਡਿੱਗੋਗੇ ਵੀ ਜਿੱਥੋਂ ਤੁਹਾਨੂੰ ਕੋਈ ਨਹੀਂ ਕੱਢ ਸਕਦਾ। ਘੱਟੋ ਘੱਟ ਜਿਹੜੇ ਇਹ ਦੂਸਰੇ ਬੰਦੇ ਹੈਗੇ ਆ, ਇਹਨਾਂ ਨੂੰ ਕੋਈ ਮਤਲਬ ਕਿਤੇ ਨਾ ਕਿਤੇ ਜਾ ਕੇ ਇਹਨਾਂ ਦਾ ਉਹ ਤਾਂ ਹੁੰਦਾ ਨਾ ਵੀ ਆਪਾਂ ਇਹਨਾਂ ਨੂੰ ਕਿਤੇ ਕਹਿ ਤਾਂ ਸਕਦੇ ਹਾਂ ਨਾ, ਕਿਉਂਕਿ ਉਹ ਬੰਦਾ ਤਾਂ ਸ਼ਰੇਆਮ ਤੁਸੀਂ ਦੇਖੋ ਰਾਧੇ ਮਾਂ ਦੇ ਉੱਥੇ ਗਿਆ, ਆਸਾ ਰਾਮ ਦੇ ਗੁਣ ਗਾਈ ਜਾਂਦਾ, ਸਰਸੇ ਦੇ ਗੁਣ ਗਾਈ ਜਾਂਦਾ, ਠੋਕੋ ਤਾੜੀ ਕੋਈ ਸੀਰੀਅਸ ਨੇਚਰ ਨਹੀਂ। ਨਾਲੇ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਨਾ, ਉਹ ਕੈਪਟਨ ਬਨਾਮ ਸਿੱਧੂ ਬਨਾਮ ਉਪ ਮੁੱਖ ਮੰਤਰੀ ਦਲਿਤ ਮੁੱਖ ਮੰਤਰੀ ਉਹ ਨਹੀਂ ਹੋਣੇ ਚਾਹੀਦੇ। ਇਲੈਕਸ਼ਨਾਂ ਦੇ ਵਿੱਚ ਸਾਡੇ ਮੁੱਦੇ ਹੋਣੇ ਚਾਹੀਦੇ ਆ ਵੀ ਸਾਡੇ ਨਾਲ ਜਿਹੜਾ ਸੈਂਟਰ ਹੈ ਉਹ ਜੋ ਸਾਡੇ ਨਾਲ ਬਿਹੇਵ ਕਰਦਾ, ਅਸੀਂ ਬਾਰਡਰ ਏਰੀਆ ਪੰਜਾਬ, ਸਾਡੇ ਨਾਲ ਜੋ ਜੰਗ ਦਾ ਮਾਹੌਲ ਬਣਾਇਆ ਜਾਂਦਾ, ਕੱਲ੍ਹ ਨੂੰ ਨਿਊਕਲੀਅਰ ਵਾਰ ਲੱਗਦੀ ਆ ਸਾਡਾ ਕੀ ਬਣੂਗਾ, ਚਾਈਨਾ ਕੋਲ ਉਹ ਹੈ ਆਪਣੇ, ਪਾਕਿਸਤਾਨ ਕੋਲ ਨਿਊਕਲੀਅਰ ਹੈ, ਇੰਡੀਆ ਕੋਲ ਨਿਊਕਲੀਅਰ ਹੈ, ਹਮੇਸ਼ਾ ਜੰਗ ਦਾ ਮੈਦਾਨ ਸਾਨੂੰ ਬਣਾਉਂਦਾ, ਟੈਨਸ਼ਨ ਖੜੀ ਕਰਦੇ ਆ। ਸਾਡੀ ਜਿਹੜੀ ਖੇਤੀ ਹੈਗੀ, ਅਸੀਂ ਬਾਰਡਰ ਕਿਵੇਂ ਖੁਲਵਾਉਣੇ ਆ ਪੰਜਾਬ ਵਾਲੇ ਜਿਹੜੇ ਹੈਗੇ ਆ ਪਾਕਿਸਤਾਨ ਨਾਲ, ਵੀ ਸਾਡੀ ਜਿਹੜੀ ਮੰਡੀ ਹੈ, ਸਾਡਾ ਜੋ ਕਾਰੋਬਾਰ ਹੈ ਉੱਥੋਂ ਤੱਕ ਜਾਵੇ, ਸਾਡੇ ਜਿਹੜੇ ਹੈ ਨਾ ਸਾਡਾ ਜਿਹੜੇ ਪਾਣੀ ਦੀ ਸਮੱਸਿਆ, ਪੰਜਾਬ ਤੋਂ ਬਾਹਰ ਪਾਣੀ ਜਾ ਰਿਹਾ, ਔਰ ਫਿਰ ਸਾਨੂੰ ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਤੋੜੇ ਜਾਂਦੇ ਆ। ਮੈਂ ਬੇਸਿਕਲੀ ਰਾਜਸਥਾਨ ਦਾ, ਔਰ ਮੈਂ ਫੀਲ ਕਰਦਾ ਵੀ ਦੇਖੋ ਇਹਦਾ ਇੱਕੋ ਇੱਕ ਹੱਲ ਹੈ ਵੀ ਜਿੱਥੇ ਜਿਹੜੀ ਨਦੀ ਦਾ ਪਾਣੀ ਜਾਂਦਾ ਉਹ ਨਦੀ ਪੰਜਾਬ ਦੇ ਵਿੱਚ ਸ਼ਾਮਿਲ ਕਰੋ, ਜੇ ਸਤਲੁਜ ਦਾ ਪਾਣੀ ਰਾਜਸਥਾਨ ਦੇ ਜਿਹੜੇ ਏਰੀਏ ਦੇ ਵਿੱਚ ਬਣਦਾ ਤਾਂ ਉਹ ਰਾਜਸਥਾਨ ਉਸ ਏਰੀਏ ਨੂੰ ਪੰਜਾਬ ਦੇ ਵਿੱਚ ਸ਼ਾਮਿਲ ਕਰੋ, ਪਾਣੀਆਂ ਦਾ ਮਸਲਾ ਹੀ ਹੱਲ ਹੋ ਜਾਣਾ, ਨਾ ਤਾਂ ਸਟੇਟ ਨੂੰ ਕੋਈ ਦਿੱਕਤ ਹੈਗੀ ਆ, ਪੰਜਾਬ ਨੂੰ ਕੋਈ। ਜੇ ਉਹ ਅਸੀਂ ਅੱਜ ਰਾਜ ਗੰਗਾਨਗਰ ਹਨੂੰਮਾਨਗੜ੍ਹ ਹੈ, ਅਸੀਂ ਜੇ ਪੰਜਾਬ ਦਾ ਹਿੱਸਾ ਬਣ ਜਾਈਏ ਤਾਂ ਫਿਰ ਪੰਜਾਬ ਸਾਨੂੰ ਪਾਣੀ ਦੇਣ ਤੋਂ ਕਿਵੇਂ ਮਨਾ ਕਰੂਗਾ, ਔਰ ਪੰਜਾਬ ਵਾਲੇ ਸਾਡੇ ਉੱਥੇ ਜ਼ਮੀਨ ਖਰੀਦਣਗੇ ਤਾਂ ਫਿਰ ਸਾਨੂੰ ਕੀ ਦਿੱਕਤ ਹੈ, ਨਾ ਪੰਜਾਬ ਨੂੰ ਦਿੱਕਤ ਹੈ ਨਾ ਸਾਨੂੰ ਦਿੱਕਤ ਹੈ। ਐਕਚੁਲੀ ਹੁਣ ਮਾਹੌਲ ਇਸ ਤਰ੍ਹਾਂ ਬਣਾਇਆ ਜਾਂਦਾ ਵੀ ਉਹ ਸਾਡੇ ਲੋਕਾਂ ਨੂੰ ਵਿਚਾਰਿਆਂ ਨੂੰ ਉਹ ਨਹੀਂ ਹੁੰਦਾ, ਗੱਲ ਦਾ ਨਹੀਂ ਪਤਾ। ਹੁਣ ਹਰਿਆਣੇ ਨੂੰ ਪਾਣੀ ਦੇਣ ਦੀ, ਜਦੋਂ ਹਰਿਆਣੇ ਦਾ ਉਹ ਪੋਰਸ਼ਨ ਤੁਸੀਂ ਪੰਜਾਬ 'ਚ ਸ਼ਾਮਿਲ ਕਰ ਲਓ, ਪਾਣੀ ਲਈ ਜਾਓ, ਪੰਜਾਬ ਵਾਲੇ ਵੀ ਆਪਦਾ ਕੁਛ ਉਹ ਕਰਨ, ਉਹਦੇ ਐਵਜ਼ ਦੇ ਵਿੱਚ ਉੱਥੇ ਜ਼ਮੀਨ ਖਰੀਦਣ, ਉਹ ਉੱਥੇ ਉਹ ਸਾਰਾ ਕੁਛ ਲਾਗੂ ਹੋਵੇ, ਅਸੀਂ ਇਹਨੂੰ ਵੱਡਾ ਕਰੀਏ। ਗੱਲਾਂ ਵੀਰ ਮੇਰੇ ਉਹ ਇਹ ਆ, ਮੁੱਦੇ ਇਹ ਹੋਣੇ ਚਾਹੀਦੇ ਆ, ਨਾ ਕਿ ਇਹ ਹੋਣਾ ਚਾਹੀਦਾ ਜੀ ਉਪ ਮੁੱਖ ਮੰਤਰੀ ਦਲਿਤ ਹੋਣਾ ਚਾਹੀਦਾ। ਦੇਖੋ ਪ੍ਰਧਾਨ ਮੰਤਰੀ ਵੀ ਬਣੇ ਆ, ਉਹ ਬਣੇ ਆ ਜਦੋਂ ਜੱਟ ਮੁੱਖ ਮੰਤਰੀ ਬਣ ਕੇ, ਜੱਟਾਂ ਦੇ ਹਾਲਾਤ ਹੈ, ਕਿਸਾਨ ਬਾਦਲ ਸਾਹਿਬ ਐਗਰੀਕਲਚਰ ਪੇਸ਼ੇ ਤੋਂ ਬੈਕਗਰਾਊਂਡ ਤੋਂ ਨੇ, ਕਿਹੜਾ ਮੁੱਖ ਮੰਤਰੀ ਸੀ ਜਿਹੜਾ ਬਾਣੀਆ ਸੀਗਾ, ਸਾਰੇ ਜ਼ਿਮੀਂਦਾਰ ਸੀ, ਸਾਰੇ ਐਗਰੀਕਲਚਰ ਨਾਲ ਰਿਲੇਟਡ ਹੈ ਜਿਨ੍ਹਾਂ ਦੀ ਖੇਤੀਬਾੜੀ ਜ਼ਮੀਨ, ਅਤੇ ਸਾਡਾ ਜ਼ਿਮੀਂਦਾਰਾਂ ਦਾ ਹਾਲਾਤ ਇਹ ਹੈ, ਅਤੇ ਜੇ ਫਿਰ ਜੇ ਇਹ ਦਲਿਤ ਨੂੰ ਮੁੱਖ ਮੰਤਰੀ ਹੋਣਗੇ ਤਾਂ ਉਹਨਾਂ ਦੇ ਹਾਲਾਤ ਕੀ ਹੋਣਗੇ। ਇਹ ਬਹੁਤਾ ਨਹੀਂ ਸਿਆਸੀ ਬੰਦਾ, ਸਿਰਫ ਸਿਆਸੀ ਹੁੰਦਾ ਜਿਹੜਾ ਸਿਆਸਤ ਦੇ ਨਾਲ ਸੋਚਦਾ ਹੈਗਾ, ਜ਼ਰੂਰੀ ਨਹੀਂ ਹੁੰਦਾ ਦੂਸਰਾ ਵੀ ਜਿਹੜਾ ਹੈਗਾ ਇਹ ਕਰ ਸਕਦਾ। ਸਾਡੇ ਮੁੱਦੇ ਇਹ ਨਹੀਂ ਹੋਣੇ ਚਾਹੀਦੇ, ਸਾਡੇ ਮੁੱਦੇ ਇਹ ਨੇ ਕਿ ਜਿਹੜਾ ਸਾਡਾ ਆਗੂ ਹੈ ਉਹ ਚੁਣੋ ਤੁਸੀਂ ਪੰਜਾਬ ਦੇ ਲੀਡਰਾਂ ਦੇ ਵਿੱਚੋਂ, ਇਹ ਗੱਲ ਦੇਖੋ ਵੀ ਪੰਜਾਬ ਦੇ ਲੀਡਰਾਂ ਦੇ ਵਿੱਚ ਕਿਹੜਾ ਲੀਡਰ ਹੈ ਜਿਹੜਾ ਕਰੈਕਟਰ ਦਾ ਸਹੀ ਹੈ,
ਕਿਹੜਾ ਲੀਡਰ ਇਹੋ ਜਿਹਾ ਹੈ ਜਿਹੜੇ ਨੇ ਕਦੇ ਕਰਪਸ਼ਨ ਨਹੀਂ ਕੀਤੀ, ਔਰ ਕਿਹੜਾ ਇਹ ਲੀਡਰ ਇਹੋ ਜਿਹਾ ਜਿਹੜੇ ਨੇ ਆਪਦੀ ਗੱਲ ਕਹੀ ਆ ਔਰ ਗੱਲ 'ਤੇ ਮੁੱਕਰਿਆ ਨਹੀਂ। ਜਗਮੀਤ ਬਰਾੜ ਵਾਂਗੂ ਉਹ ਗਾਲਾਂ ਅਕਾਲੀ ਦਲ ਨੂੰ ਕੱਢ ਕੇ ਅਕਾਲੀ ਦਲ 'ਚ ਨਹੀਂ ਗਿਆ, ਖਹਿਰੇ ਵਾਂਗੂ ਉਹ ਕਾਂਗਰਸ ਨੂੰ ਗਾਲਾਂ ਕੱਢ ਕੇ ਕਾਂਗਰਸ 'ਚ ਨਹੀਂ ਗਿਆ, ਰਾਮੂ ਵਾਲੀਏ ਵਾਂਗੂ ਨਹੀਂ ਕੀਤੀ, ਚੰਦੂ ਮਾਜਰੇ ਵਾਂਗੂ ਨਹੀਂ ਕੀਤੀ। ਕਿਹੋ ਜਿਹਾ ਕਿਹੋ ਇਹੋ ਜਾਂ ਕਿਹੋ ਜਿਹਾ ਲੀਡਰ ਹੈ, ਕੌਣ ਲੀਡਰ ਹੈ ਜਿਹੜੇ ਨੇ ਅੱਜ ਤੱਕ ਤੁਹਾਡੇ ਨਾਲ ਖੜਾ ਕੀਤਾ। ਦੇਖੋ ਜਿਹੜੀ ਸਿਆਸਤ ਹੈ, ਸਿਆਸਤ ਦੇ ਵਿੱਚ ਵਾਧ ਘਾਟ ਹੁੰਦੀ ਰਹਿੰਦੀ ਹੈ। ਦੇਖੋ ਸਿਆਸਤ ਦੇ ਵਿੱਚ ਕੋਈ ਪਰਫੈਕਟ ਨਹੀਂ ਹੁੰਦਾ, ਬੰਦਿਆਂ ਤੋਂ ਸਿਆਸੀ ਗਲਤੀਆਂ ਹੁੰਦੀਆਂ, ਉਹ ਗਲਤੀਆਂ ਮਾਫੀ ਯੋਗ ਹੁੰਦੀਆਂ, ਪਰ ਇੱਕ ਜਾਣਬੁੱਝ ਕੇ ਆਪਣੇ ਲੋਕਾਂ ਨਾਲ ਗਦਾਰੀ ਕਰਨਾ, ਇਹਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਤੁਸੀਂ ਪੰਜਾਬ ਦੇ ਵਿੱਚੋਂ ਇਹੋ ਜਿਹਾ ਲੀਡਰ ਮੰਨੋ ਜਿਹੜਾ ਜਿਹਨੇ ਤੁਹਾਡੇ ਨਾਲ ਕਦੇ ਗਦਾਰੀ ਨਹੀਂ ਕੀਤੀ, ਤੁਹਾਡੇ ਦੁੱਖ ਦੇ 'ਚ ਵੀ ਖੜ੍ਹਾ, ਤੁਹਾਡੇ ਸੁੱਖ ਦੇ 'ਚ ਖੜ੍ਹਾ, ਇਹੋ ਜਿਹਾ ਬੰਦਾ ਤੁਸੀਂ ਚੁਣੋ। ਜ਼ਰੂਰੀ ਨਹੀਂ ਇਹ ਐਤਕੀ ਜਿਹੜੀ ਇਲੈਕਸ਼ਨ ਦੀ ਹੈਗਾ ਨਾ, ਤੁਸੀਂ ਜਿੱਤ ਹਾਰ ਵਾਸਤੇ ਨਾ ਪਾਓ, ਤੁਸੀਂ ਆਪਦੀ ਐਗਜ਼ਿਸਟੈਂਸ ਵਾਸਤੇ ਪਾਓ ਕਿ ਤੁਹਾਡੇ ਕੋਲ ਘੱਟੋ ਘੱਟ 117 ਵਿਧਾਨ ਸਭਾ ਚਿਹਰਿਆਂ ਦੇ ਵਿੱਚੋਂ ਇੱਕ ਦੋ ਬੰਦੇ ਇਹੋ ਜਿਹੇ ਹੋਣ ਜਿਹੜੇ ਇਹਨੂੰ ਚੈਲੰਜ ਕਰ ਸਕਣ। ਅੱਜ ਦੀ ਤਰੀਕ ਦੇ ਵਿੱਚ 117 ਜੇ ਤੁਸੀਂ ਦੇਖਿਓ, ਕਾਂਗਰਸ ਦੇ ਦੋਨੇ ਧੜੇ ਭਾਜਪਾ ਦੇ ਨੇ, RSS ਦੇ ਨੇ, ਸਿੱਧੂ ਵੀ, ਕੈਪਟਨ ਅਮਰਿੰਦਰ ਸਿੰਘ ਵੀ, ਬਾਦਲ ਦਲ ਤਾਂ ਹੈ ਹੀ ਉਹਨਾਂ ਦਾ, ਭਾਜਪਾ ਤਾਂ ਹੈ ਹੀ ਉਹਨਾਂ ਦੀ, ਆਮ ਆਦਮੀ ਪਾਰਟੀ ਹੈ ਹੀ ਉਹਨਾਂ ਦੀ, ਬਸਪਾ ਵੀ ਉਹਨਾਂ ਦੀ ਹੈ ਜਦੋਂ ਮਾਇਆਵਤੀ ਉਹਨਾਂ ਨਾਲ ਸਮਝੌਤਾ ਸਤੀਸ਼ ਮਿਸ਼ਰਾ ਦੇ ਥਰੂ ਹੋ ਜਾਂਦਾ। ਤੁਹਾਡੇ ਕੋਲ ਤੁਹਾਡੀ ਲੌਬੀ ਕਿਹੜੀ ਹੈ? ਨਾ ਤੁਹਾਡੇ ਕੋਲ ਪਕਸ਼ ਹੈ, ਨਾ ਵਿਪਕਸ਼ ਹੈ, ਨਾ ਤੁਹਾਡੇ ਕੋਲ ਓਪੋਜੀਸ਼ਨ ਹੈ ਅਤੇ ਨਾ ਤੁਹਾਡੇ ਕੋਲ ਸਰਕਾਰ ਹੈ। ਤੁਹਾਡਾ ਇੱਕੋ ਇੱਕ ਲੀਡਰ ਦੱਸੋ ਵੀ ਜਿਹੜਾ ਤੁਸੀਂ ਘੱਟੋ ਘੱਟ ਤੁਸੀਂ 2-4 ਬੰਦੇ ਇਹੋ ਜਿਹੇ ਚੁਣੋ ਜਿਹੜੇ ਉਸ, ਜੇ ਤੁਸੀਂ ਸਰਕਾਰ ਨਹੀਂ ਆਪਣੇ ਆਪ 'ਤੇ ਕਰ ਸਕਦੇ, ਘੱਟੋ ਘੱਟ ਉਹ ਬੰਦਿਆਂ ਨੂੰ ਤੁਸੀਂ ਹੌਸਲਾ ਹੀ ਦੇ ਦਿਉ, ਉਹਨਾਂ ਨੂੰ 1-2 MLA ਇਹੋ ਜਿਹੇ ਚੁਣ ਜਿਹੜੇ ਇਹਨਾਂ ਦੇ ਗਲ 'ਚ ਅੰਗੂਠਾ ਦੇ ਦੇਣ ਇਹ ਮੁੱਦਿਆਂ ਕਰਕੇ, ਜਿਵੇਂ ਡਾਕਟਰ ਗਾਂਧੀ ਸੀ, ਸਿਮਰਨਜੀਤ ਸਿੰਘ ਮਾਨ ਸੀ, ਇਹੋ ਜਿਹੇ ਬੰਦੇ ਬਹੁਤ ਬੰਦੇ ਸੀ ਜਿਹੜੇ ਮਤਲਬ ਜਿਨ੍ਹਾਂ ਨੂੰ ਤੁਸੀਂ ਜਿਹੜੇ ਸਿਆਸੀ ਤੌਰ 'ਤੇ ਇੱਕ ਵਾਰੀ ਜਿੱਤ ਕੇ ਤੁਹਾਡੇ ਮੁੜ ਕੇ ਨਹੀਂ ਉਹ ਕਰ ਸਕਦੇ ਕਿਉਂਕਿ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ। ਮੈਂ ਡਾਕਟਰ ਗਾਂਧੀ, ਕਿਉਂਕਿ ਉਹ ਉਹਨਾਂ ਦਾ ਇੱਕ ਬਹੁਤ ਵੱਡਾ ਇੱਕ ਹੈ, ਉਹਨਾਂ ਨੇ ਚੰਗਾ ਕੀਤਾ। ਬੀਬੀ ਪਰਮਜੀਤ ਕੌਰ ਖਾਲੜਾ, ਤੁਸੀਂ ਤੁਹਾਨੂੰ ਕਦੇ ਤੁਸੀਂ ਲੀਡਰਾਂ 'ਚ ਗਲਤੀ ਕੱਢ ਦਿੰਦੇ ਹੋ, ਕਦੇ ਇਹ ਗੱਲ ਸੋਚੀ ਹੈ? ਇਸ ਪੰਜਾਬ ਨੂੰ, ਅੱਧੇ ਪੰਜਾਬ ਨੂੰ ਮਾਰਨ ਵਾਲੇ ਬੇਅੰਤ ਸਿੰਘ ਦੇ ਮੁੱਖ ਮੰਤਰੀ ਤੁਸੀਂ ਅਨੰਦ, ਉਹਦੇ ਪੋਤਰੇ ਨੂੰ ਤੁਸੀਂ ਅਨੰਦਪੁਰ ਸਾਹਿਬ ਤੋਂ ਵੀ MP ਬਣਾਇਆ, ਲੁਧਿਆਣੇ ਤੋਂ ਵੀ MP ਬਣਾਇਆ, ਅਤੇ ਜਿਹੜੇ ਨੇ ਤੁਹਾਡੀ ਤੁਹਾਨੂੰ ਬਚਾਇਆ, ਤੁਹਾਡੇ ਵਾਸਤੇ ਆਪਦੀ ਜਾਨ ਦਿੱਤੀ, ਬੀਬੀ ਪਰਮਜੀਤ ਖਾਲੜਾ ਦੇ ਘਰ ਵਾਲੇ ਨੂੰ, ਉਹ ਬੀਬੀ ਨੂੰ ਤੁਸੀਂ 3 ਨੰਬਰ 'ਤੇ ਪਿੱਲਿਆ। ਇਹ ਬੇਅੰਤ ਸਿੰਘ ਦੇ ਖਾਨਦਾਨ ਵਾਲੇ ਕਿੰਨੇ, 1 MP 1-2 MLA ਬਣਦੇ ਆ, ਬਾਦਲ ਕੇ ਬਣਦੇ ਜਿਨ੍ਹਾਂ ਨੇ ਤੁਹਾਡਾ ਕੀਤਾ, ਔਰ ਤੁਸੀਂ ਗੱਲ ਕਰਦੇ ਹੋ ਲੀਡਰਸ਼ਿਪ ਦੇ ਵਿੱਚ, ਓਏ ਤੁਸੀਂ, ਤੁਹਾਨੂੰ 117 'ਚ 1-2 ਬੰਦੇ ਇਹੋ ਜਿਹੇ ਨਹੀਂ ਮਿਲਦੇ ਵੀ ਤੁਸੀਂ ਢੰਗ ਦੇ ਚੁਣ ਸਕੋ। ਮੇਰੀ ਬੇਨਤੀ ਹੈ ਤੁਸੀਂ ਥੋੜ੍ਹਾ ਬਹੁਤ ਇਹ ਹਾਈਪਰ ਇੰਨਾ ਨਾ ਹੋਇਆ ਕਰੋ, ਇੱਕ ਪਿੱਛੇ ਲੱਗ ਕੇ ਹਾਓ ਜੀ ਹੋ ਜੀ ਹੋ ਜੀ, ਇਹਨਾਂ ਦਾ ਪਿਛੋਕੜ ਵੀ ਦੇਖ ਲਓ। ਜਿਹੜੀ ਰਾਜਾ ਬੜਿੰਗ ਵਰਗ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਉਹ ਤੁਹਾਡਾ ਕੀ ਸਵਾਰਨਗੇ? ਜਿਹੜੇ ਆਪਦੇ ਪਿਓ ਦੇ ਨਹੀਂ ਹੋਏ ਉਹ ਤੁਹਾਡਾ ਕੀ ਹੋਣਗੇ? ਘੱਟੋ ਘੱਟ ਜਿਹੜੇ ਪੰਜਾਬ ਦੇ ਹੱਕ 'ਚ ਖੜ੍ਹਦੇ ਆ, ਹੋਰ ਖੜ੍ਹਦੇ ਆ, ਉਹਨਾਂ ਨੂੰ ਐਪਰੀਸ਼ੀਏਟ ਕਰੋ। ਮੁੱਦਾ ਉਸ ਦਾ ਨਹੀਂ ਹੈਗਾ, ਜਿਹੜੇ ਬੰਦੇ ਤੁਹਾਨੂੰ ਮੂਰਖ ਬਣਾਉਂਦੇ ਆ ਉਹਨਾਂ ਨੂੰ ਪਹਿਚਾਣੋ, ਅਤੇ ਵੋਟ ਸਿਰਫ ਜਿੱਤ ਵਾਸਤੇ ਨਹੀਂ, ਵੋਟ ਆਪਦੀ ਜਿਹੜੀ ਐਗਜ਼ਿਸਟੈਂਸ ਵਾਸਤੇ ਦਿਓ। ਘੱਟੋ ਘੱਟ ਇਹ ਪਤਾ ਲੱਗੇ ਸੈਂਟਰ ਨੂੰ, ਇਹ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਇਹ ਬੰਦਿਆਂ ਦਾ ਹੈ ਬੰਦੇ। ਤੁਸੀਂ 500 ਵੋਟ ਉਹਨਾਂ ਨੂੰ 500 ਵੋਟ ਮਿਲਦੀ ਹੈ, ਔਰ ਫਿਰ ਆਪਾਂ ਗੱਲ ਕਰਦੇ ਹਾਂ ਜੀ ਸਾਡੀ ਹਾਲਾਤ ਇਹ ਕਿਉਂ ਹੁੰਦੀ ਹੈ। ਇਹ ਹਾਲਾਤ ਹੋਣੀ ਹੈ ਜਦੋਂ ਤੁਹਾਨੂੰ, ਤੁਸੀਂ ਇੱਕ ਹਲਕੇ ਦੇ ਵਿੱਚ 2 ਲੱਖ ਵੋਟ ਹੁੰਦੀ ਹੈ, ਔਰ 2 ਲੱਖ ਦੇ ਵਿੱਚ ਜੇ ਕੋਈ ਆਪ ਹੋ ਗਈ, ਕਾਂਗਰਸ ਹੋ ਗਈ, BJP, ਇਹਨਾਂ ਦੇ ਬੰਦਿਆਂ ਨੂੰ 1.5 ਲੱਖ ਵੋਟ ਮਿਲਦੀ ਹੈ, ਔਰ ਦੂਸਰਾ ਜਿਹੜਾ ਇੱਕ ਤੁਹਾਡੇ ਵਾਸਤੇ ਸੋਚਦਾ, ਜਿਨ੍ਹਾਂ ਨੂੰ ਤੁਹਾਡੇ ਵਾਸਤੇ ਸੋਚ 'ਚ ਨੀਂਦ ਨਹੀਂ ਆਉਂਦੀ ਵੀ ਪੰਜਾਬ ਦਾ ਬਣੂਗਾ ਕੀ, ਔਰ ਉਹ ਪਾਰਟੀ ਨੂੰ ਤੁਸੀਂ 500 ਜਾਂ 1000 ਵੋਟ ਪੈਂਦੀ ਹੈ, ਉਹ ਵੀ ਕੁਛ ਕਮਿਟਡ ਬੰਦੇ ਹੁੰਦੇ ਆ, ਕੁਛ ਉਵੇਂ ਪੈ ਜਾਂਦੀ ਹੈ, ਅਤੇ ਫਿਰ ਤੁਸੀਂ ਉਮੀਦ ਕਰਦੇ ਹੋ ਵੀ ਸਾਡਾ ਪੰਜਾਬ ਬਚੇ। ਇਹ ਕਿਵੇਂ ਹੋ ਸਕਦਾ? ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਇਸ ਗੱਲ 'ਤੇ ਥੋੜ੍ਹਾ ਬਹੁਤ ਜ਼ੋਰ ਦਿਓ ਵੀ ਜਿਹੜੇ ਸਾਡੇ ਹਾਲਾਤ ਆ, ਅੱਜ ਪੈਨਸ਼ਨ ਪੁਨਸ਼ਨ ਜਿਹੜੇ ਇਹ ਮੁੱਦੇ ਹੈ, ਜੋ ਸਾਡੀ ਬਿਜਲੀ ਫ੍ਰੀ ਫਰੂ ਦਾ ਇਹ ਮੁੱਦੇ ਸਾਰੇ ਹੋ ਜਾਣਗੇ। ਅਸੀਂ ਕੋਈ, ਸਾਡੇ ਦਾਦੇ ਬਜ਼ੁਰਗ ਉਹਨਾਂ ਨੇ ਕੋਈ ਉਹ ਥੋੜ੍ਹੀ ਸੀ ਵੀ ਉਹ ਆਟਾ ਦਾਲ ਫ੍ਰੀ ਨਾਲ ਜਾਂ ਰਿਜ਼ਰਵੇਸ਼ਨ ਨਾਲ ਜਾਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਸਰਵਾਈਵ ਕਰਦੇ ਸੀ। ਜਦੋਂ ਅਸੀਂ ਪੰਜਾਬ ਹੀ ਨਾ ਹੋਏ, ਇਹਨਾਂ ਨੇ ਪੰਜਾਬ ਹੀ ਤੋੜਤਾ, ਸਾਡੀਆਂ ਪੱਗਾਂ ਹਲਾਤੀਆਂ, ਸਾਡੀਆਂ ਧੀਆਂ ਭੈਣਾਂ ਦੀ ਬੇਅਦਬੀ ਕਰਤੀ, ਸਾਡੇ ਗੁਰੂ ਦੀ ਬੇਅਦਬੀ ਕਰਤੀ, ਫਿਰ ਸਾਡਾ ਜਿਉਣਾ ਕੀ ਰਹਿ ਗਿਆ? ਹੋਰ ਫਿਰ ਤੁਸੀਂ ਐਂ ਦੱਸੋ ਵੀ ਸਾਡੇ ਫਿਰ ਲੜਾਈ ਹੋਊਗੀ ਕਿਸ 'ਤੇ? ਫਿਰ ਤਾਂ ਅਸੀਂ ਤਾਂ ਸਾਡੇ ਜਿੰਨਾ ਨੀਚ ਅਤੇ ਕਮੀਨਾ ਬੰਦੇ ਕੋਈ ਨਹੀਂ, ਜੇ ਫਿਰ ਵੀ ਅਸੀਂ ਰੋਟੀਆਂ ਪਿੱਛੇ ਲੜਦੇ ਹਾਂ ਸਾਡੀ ਬੇਅਦਬੀ ਨੂੰ ਛੱਡ ਕੇ।
ਗਲਤੀਆਂ ਹਰੇਕ ਤੋਂ ਹੁੰਦੀਆਂ, ਪਰ ਤੁਸੀਂ ਇਹ ਦੇਖੋ ਵੀ ਕਿਹੜੇ ਬੰਦੇ ਨੇ ਜਾਣ ਬੁੱਝ ਕੇ ਕੀਤੀ ਹੈ ਔਰ ਕਿਹੜੇ ਬੰਦੇ ਤੋਂ ਅਣਜਾਣੇ 'ਚ ਹੋਈ ਹੈ। ਸਿਆਸਤ ਜਿਹੜੀ ਹੈ ਉਹਦੇ 'ਚ ਗਲਤੀਆਂ ਹਰੇਕ ਤੋਂ ਹੁੰਦੀਆਂ, ਪਰ ਜਿਹੜਾ ਪੰਜਾਬ ਦੇ ਹਿੱਤਾਂ ਵਾਸਤੇ ਦਿਲ ਖੜਾ ਹੈ, ਸਿੱਖਾਂ ਦੇ ਹਿੱਤਾਂ ਵਾਸਤੇ ਖੜਾ ਹੈ, ਦਿਲ ਨੂੰ ਚੈਲੰਜ ਕੀਤਾ ਇਹੋ ਜਿਹੇ ਆਗੂ ਨੂੰ ਤੁਸੀਂ ਬਣਾਓ, ਇਹ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।